ਇਹ ਗੀਤ ਨੂੰ ਕਿਵੇਂ ਦੇਖ ਰਹੇ ਹੋ? ਗੀਤ ਦੀਆਂ ਸਾਰੀਆਂ ਲਾਈਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇਹ ਨੇ ਰਿਕਾਰਡ ਤੋੜ ਤੇ ਜੀ ਸੋ ਪਿਛਲੇ ਸਾਰ ਕਿਤੇ ਮੁੱਤੇ ਵਾਲੇ ਦੀ ਕਾਪੀ ਇਹ ਬੰਦਾਰ ਦੀ ਲਲਕਾਰ ਤੂੰ ਦੇਖ ਲਓ ਕਿੰਨੀ ਕਾਪੀ ਲਗਾਈ ਜੋ ਵੀ ਕਾਲਿਆਂ ਦੇ ਕਈ ਰੈਪਰ ਨੂੰ ਅਡਾਪਟ ਕਰ ਦੀ ਕਬੱਡੀ ਪਾਉਣ ਗਿਆ ਬੰਦਾ ਥਾਪੀ ਮਾਰਦਾ ਪੁਆਇੰਟ ਲੈ ਕੇ ਜਦੋਂ ਆਉਂਦਾ ਉਦੋਂ ਉਂਗਲ ਖੜੀ ਹੁੰਦੀ ਅੱਗੇ ਕੀ ਪਹਿਲਾ ਚੈਲੰਜ ਹੈ ਤੁਸੀਂ ਬੰਗਾਰ ਰਹੇ ਹੋ ਵਿਰੋਧੀ ਨੂੰ ਦੂਜਾ ਤੁਹਾਡੀ ਜਿੱਤ ਦਾ ਪ੍ਰਤੀਕ ਬਣ ਗਿਆ ਇਹ ਅਚੇਤ ਤੌਰ ਤੇ ਵੀ ਹੋ ਸਕਦਾ ਸਿੱਧੂ ਦਾ ਕਿਉਂਕਿ ਪੂਰੀ ਹਿਸਟਰੀ ਪਈ ਆ ਜਾਂ ਸੁਚੇਤ ਹੋ ਕੇ ਹੀ ਕਰ ਰਿਹਾ ਉਹ ਸਾਰਾ ਕੁਝ ਮੰਤਰੀ ਪਈ ਸੀ ਉਹਦੀ ਤਬੀਅਤ ਦੇ ਅੰਦਰ ਜੇ ਕੈਨੇਡਾ ਨਾ ਜਾਂਦਾ ਸ਼ਾਇਦ ਇਹ ਉਂਝ ਹੀ ਰਹਿ ਪਰ ਇੱਕ ਦੌਰ 'ਚ ਹੰਸਰਾਜ ਹੰਸ ਨੇ ਵੀ ਗਾਇਆ ਪੱਤਾ ਪੱਤਾ ਸਿੰਘਾਂ ਦਾ ਗਰਮਾ ਗਰਮ ਗਾਣੇ ਬੰਦਿਆਂ ਨੇ ਬੜੇ ਗਾਏ ਸੋ ਇਹਦੇ ਉਹ ਗੀਤ ਦੇ ਵਿੱਚ ਤੁਸੀਂ ਦੇਖੋ ਮਤਲਬ ਵੀ ਸਾਨੂੰ ਆਪਦਾ ਪਿਛੋਕੜ ਟੀਕੇ ਵਿਸਥਾਰਵਾਦ ਸੀਗਾ ਲੈਫਟ ਨੇ ਇਹ ਬਹੁਤ ਨੁਕਸਾਨ ਕੀਤਾ ਉਹਨਾਂ ਨੇ ਨਾ ਮਤਲਬ ਉਹ ਜੋ ਆਪਦੇ ਆਪਦਾ ਜੋ ਕੰਟੈਕਸਟ ਹੈਗਾ ਸੋਚਣ ਦਾ ਦਾਇਰਾ ਖੜਕੂ ਲਹਿਰ ਬਾਰੇ ਜਿੰਨੀ ਬਦਨਾਮੀ ਉਹਨਾਂ ਨੇ ਕੀਤੀ ਸਿੱਧੂ ਉਹਦੇ ਬਾਰੇ ਜੋ ਪ੍ਰੋਸੈਕਟਿਵ ਬਣਾਈ ਉਹ ਉਹਨਾਂ ਨੇ ਬਣਾਈ ਹਾਂ ਸਲਾਤਾਂ ਤੁਸੀਂ ਕਹਿੰਦੇ ਹੋ ਲੈਫਟ ਤੇ ਬੀਜੇਪੀ ਇਕੱਠੇ ਹੋ ਸਕਦੇ ਨੇ ਜਿਹੜੀ ਪੋਲਿਟਿਕਸ ਪੰਜਾਬ ਹੁਣ ਚੱਲ ਰਹੀ ਹੈ ਉਹਦਾ ਜਵਾਬ ਪੰਥਕ ਕੰਸੋਲੀਡੇਸ਼ਨ 'ਚੋਂ ਨਿਕਲ ਸਕਦਾ ਜਾਂ ਪੰਥਕ ਰਾਜਨੀਤੀ ਹੈ ਜਿਹੜੀ ਉਹ ਨਵੇਂ ਤਰੀਕੇ ਨਾਲ ਸ਼ੇਪ ਲਏਗੀ ਅਲਟੀਮੇਟਲੀ ਤਾਂ ਇਹ ਗੱਲ ਹੋਣੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੱਡੀ ਰੱਦੋ ਬਾਦਲ ਪੰਥਕ ਰਾਜਨੀਤੀ 'ਚ ਵੀ ਹੋਣੀ ਹੈ ਅਤੇ ਪੰਜਾਬ ਦੀ ਰਾਜਨੀਤੀ 'ਚ ਵੀ ਹੋਣੀ ਹੈ ਭਾਈ ਜਗਜੀਤ ਸਿੰਘ ਬਿੱਟੂ ਦੀ ਕਿਤਾਬ ਅਤੇ ਤੁਹਾਡੇ ਨਾਲ ਜਿਹੜੀ ਉਹਦੀ ਇੰਟਰਵਿਊ ਉਹ ਵੀ ਇੱਕ ਕਹਿ ਲਓ ਕਿ ਵੱਡੀ ਗੱਲ ਹੋਈ ਉਹ ਕਹਿੰਦੇ ਆ ਕਿ ਭਾਈ ਜਸਟੀਫਿਕੇਸ਼ਨ ਕੀ ਆ ਬਲਵਿੰਦਰ ਜਟਾਣਾ ਨੂੰ ਤਾਂ ਸੈਲੀਬ੍ਰੇਟ ਕਰ ਲਓਗੇ ਜਿਹੜੇ ਉੱਥੇ ਮਜ਼ਦੂਰ ਮਾਰਤੇ ਉਹਨਾਂ ਦੀ ਜਸਟੀਫਿਕੇਸ਼ਨ ਕੀ ਆ ਜਿਹੜੇ ਇਸ ਤਰ੍ਹਾਂ ਦੇ ਕਤਲੋਗਾਰਤਾ ਮੂਵਮੈਂਟ ਦੇ ਅੰਦਰ ਜਿਹਦੀ ਕੋਈ ਜਸਟੀਫਿਕੇਸ਼ਨ ਹੀ ਨਹੀਂ ਸਭ ਕੁਛ ਦੇ ਜਵਾਬ ਹੈਗੇ ਅਤੇ ਜਵਾਬ ਆਉਣਗੇ ਹੁਣ ਸ਼ੁਰੂ ਹੋ ਚੁੱਕਿਆ ਭਾਈ ਦਲਜੀਤ ਸਿੰਘ ਨੇ ਸ਼ੁਰੂਆਤ ਕਰਤੀ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਸਿੱਧੂ ਮੂਸੇਵਾਲੇ ਦਾ SYL ਗਾਣਾ ਆਉਣ ਤੋਂ ਬਾਅਦ ਕਲਚਰਲ ਪੋਲਿਟਿਕਸ ਦੇ ਉੱਤੇ ਬੜੀ ਵੱਡੀ ਚਰਚਾ ਹੋ ਰਹੀ ਹੈ ਕਿ ਸੱਭਿਆਚਾਰ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਰਾਜਨੀਤੀ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਅਤੇ ਦੋਵੇਂ ਮਿਲ ਕੇ ਇਤਿਹਾਸ ਵਰਤਮਾਨ ਅਤੇ ਭਵਿੱਖ ਨਾਲ ਕੀ ਰਿਸ਼ਤਾ ਜੋੜਦੇ ਨੇ ਇਸ ਗੱਲ ਨੂੰ ਵੱਖ ਵੱਖ ਲੋਕ ਵੱਖ ਵੱਖ ਤਰੀਕੇ ਦੇ ਨਾਲ ਵਿਆਖਿਆ ਕਰ ਰਹੇ ਨੇ ਸਾਡੇ ਨਾਲ ਉੱਘੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਜਿਹੜੇ ਪੰਜਾਬ ਦੇ ਹਰ ਵਰਤਾਰੇ 'ਤੇ ਆਪਣੀਆਂ ਟਿੱਪਣੀਆਂ ਵੀ ਦਿੰਦੇ ਨੇ ਸਾਡੇ ਨਾਲ ਨੇ ਸਵਾਗਤ ਕਰਦੇ ਉਹਨਾਂ ਦਾ ਸਵਾਗਤ ਹੈ ਸਰਦਾਰ ਸਾਹਿਬ ਬਹੁਤ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਮੈਂ ਸਭ ਤੋਂ ਪਹਿਲਾਂ ਤੁਹਾਡੇ 'ਤੇ ਪੁੱਛਣਾ ਚਾਹੁੰਦਾ ਕਿ ਇਹ ਗੀਤ ਨੂੰ ਕਿਵੇਂ ਦੇਖ ਰਹੇ ਹੋ ਗੀਤ ਦੀਆਂ ਸਾਰੀਆਂ ਲਾਈਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਗੀਤ ਨੇ ਜੋ ਤਰਥੱਲੀ ਮਚਾਈ ਆ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਜੀ ਪਰ ਉਸਨੇ ਨਾ ਮੈਨੂੰ ਵੀ ਸੋਚਣ ਲਈ ਮਜਬੂਰ ਕੀਤਾ ਸੱਚੀ ਗੱਲ ਹੈ ਮੈਂ ਬਹਿਤਾ ਬਹੁਤਾ ਪਹਿਲਾਂ ਸੀਰੀਅਸਲੀ ਨਹੀਂ ਸੀ ਲਿਆ ਸਿੱਧੂ ਮੂਸੇਵਾਲੇ ਨੂੰ ਅਤੇ ਬਹੁਤਾ ਐਪਰੀਸ਼ੀਏਟ ਵੀ ਨਹੀਂ ਸੀ ਕਰਦਾ ਟੂ ਬੀ ਵੈਰੀ ਫਰੈਂਕ ਉਹਦੇ ਵੀ ਉਹਦੇ ਰੀਜਨ ਆ ਮੈਂ ਆਪਾਂ ਬਾਅਦ 'ਚ ਗੱਲ ਕਰਾਂਗੇ ਅਤੇ ਪਰ ਹੁਣ ਜੋ ਉਸ ਗੀਤ ਦੇ ਤੋਂ ਬਾਅਦ ਮੈਂ ਸੋਚਿਆ ਸਾਰੀ ਗੱਲ ਬਾਰੇ ਤਾਂ ਮੈਨੂੰ ਇਹ ਲੱਗਦਾ ਕਿ ਗੱਲ ਇਹ ਇਕੱਲੇ ਹੁਣ ਗੀਤ ਦੀ ਮੈਂ ਇੱਥੇ ਜੋ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਨਾ ਉਹਦੇ 'ਚ ਹੈ ਵੀ ਇਸ ਗੀਤ ਨੂੰ ਜਿਹੜਾ ਮਨੋਰੰਜਨ ਦੇ ਖੇਤਰ ਦੇ ਵਿੱਚ ਵਾਪਰ ਰਹੇ ਨਵੇਂ ਵਰਤਾਰੇ ਹੈ ਦੁਨੀਆਂ ਪੱਧਰ 'ਤੇ ਉਹ ਤੋਂ ਅਸੀਂ ਤੋੜ ਕੇ ਨਹੀਂ ਦੇਖ ਸਕਦੇ ਇਹ ਉਹਦਾ ਪਾਰਟ ਹੈ ਜੀ ਇੱਕ ਤਾਂ ਉਸ ਕੰਟੈਕਸਟ 'ਚ ਰੱਖ ਕੇ ਦੇਖਣਾ ਪਊ ਦੂਜਾ ਜਿਹੜਾ
ਪੰਥ ਦਾ ਜਾਂ ਪੰਜਾਬ ਦੇ ਵਿੱਚ ਅਜੋਕਾ ਰਾਜਨੀਤਿਕ ਰੌਂ ਵਗ ਰਿਹਾ ਹੈ, ਉਹ ਦੋਵੇਂ ਚੀਜ਼ਾਂ ਦਾ ਸੁਮੇਲ ਜਿੰਨਾ ਚਿਰ ਅਸੀਂ ਨਹੀਂ ਕਰਦੇ ਨਾ, ਸਾਨੂੰ ਇਹਦਾ ਰਹੱਸ ਸਮਝ ਨਹੀਂ ਆਉਣਾ ਵੀ ਐਡੀ ਕਿਹੜੀ ਗੱਲ ਹੋਊਗੀ। ਸੋ ਇਹ ਦੋ ਗੱਲਾਂ ਮੈਨੂੰ ਲੱਗਦਾ ਕਿ ਸਾਨੂੰ ਦੇਖਣੀਆਂ ਚਾਹੀਦੀਆਂ। ਤੇ ਇੱਕ ਤਾਂ ਜਿਹੜੀ ਮੈਂ ਹਾਂ ਮੈਂ ਬਿਲਕੁਲ ਤੁਹਾਡੇ ਨਾਲ ਸੰਖੇਪ ਚ ਕਰਾਂਗੇ, ਇੱਥੇ ਕੋਈ ਬਹੁਤੀ ਲੰਮੀ ਗੁੰਜਾਇਸ਼ ਨਹੀਂ ਹੈ ਨਾ ਆਪਣੇ ਕੋਲੇ। ਉਹਦੇ ਚ ਇਹ ਹੈ ਵੀ ਤੁਸੀਂ ਦੇਖੋ ਨਾ, ਆਪਣਾ ਪਿਛਲੇ ਸਮੇਂ ਚ ਜਿਹੜੀ ਹੈਗੀ ਹੈ ਪੰਜਾਬੀ ਮਨੋਰੰਜਨ, ਖਾਸ ਕਰਕੇ ਗੀਤ ਸੰਗੀਤ, ਉਹਨੇ ਬੜੀ ਤਰੱਕੀ ਕੀਤੀ ਹੈ ਪਿਛਲੇ ਇੱਕ ਦਹਾਕੇ ਤੋਂ ਕਹਿ ਲਓ। ਉਹਦਾ ਉਹਦੇ ਉਹਦੇ ਇਜਾਫਾ ਬੜਾ ਹੋਇਆ ਉਹਦੀ ਉਹਦੇ ਦਾਇਰੇ ਚ, ਤੇ ਉਹ ਇਕੱਲਾ ਪੰਜਾਬ ਚ ਨਹੀਂ, ਮੰਨ ਲਓ ਗੈਰ ਪੰਜਾਬੀ ਖੇਤਰਾਂ ਚ ਵੀ ਪਹੁੰਚਿਆ, ਵਰਗਾਂ ਚ ਵੀ ਪਹੁੰਚਿਆ ਪੰਜਾਬੀ ਸੰਗੀਤ, ਇਹ ਸਭ ਨੂੰ ਪਤਾ ਜੀ। ਤੇ ਪਰ ਜਿਹੜਾ ਮੂਸੇ ਵਾਲੇ ਦਾ ਹੈਗਾ ਇਹਨੇ ਰਿਕਾਰਡ ਤੋੜਤੇ ਪਿਛਲੇ ਸਾਰੇ, ਪਰ ਉਹ ਰਿਕਾਰਡ ਇਕੱਲੇ ਕੁਆਂਟੀਟੇਟਿਵ ਟਰਮ ਚ ਨਾ ਦੇ, ਕਿਸੇ ਦੇ ਵਿਊ ਤੇ ਫਾਲੋਇੰਗ ਕਿੰਨੀ ਹੋਊ। ਸੋ ਮੈਂ ਇਹਨੂੰ ਥੋੜਾ ਜਿਹਾ ਕੁਆਲੀਟੇਟਿਵ ਵੀ, ਇਹ ਇੰਟਾਇਰਲੀ ਸਮਥਿੰਗ ਡਿਫਰੈਂਟ ਹੈ। ਉਹ ਸਮਥਿੰਗ ਡਿਫਰੈਂਟ ਕੀ ਹੈ ਉਹਦੇ ਚ ਫਿਰ ਸਾਨੂੰ ਦੇਖਣਾ ਪਊ ਵੀ ਅੱਜ ਜਿਹੜੇ ਆਪਣੇ ਨਾ ਸੰਸਾਰ ਪੱਧਰ ਦੇ ਉੱਤੇ ਦੋ ਵਿਰੋਧੀ ਰੁਝਾਨ, ਉਹ ਆਪਾਂ ਰੋਜ਼ ਹੀ ਗੱਲ ਕਰਦੇ ਹਾਂ ਵੀ ਇੱਕ ਪਾਸੇ ਕੇਂਦਰੀਕਰਨ ਹਰ ਚੀਜ਼ ਦਾ, ਆਰਥਿਕ ਸਾਧਨਾ ਜਿਹਨੂੰ ਅਸੀਂ ਕਾਰਪੋਰੇਟਸ ਦਾ ਕਹਿਣੇ ਹਾਂ, ਸਾਰਾ ਜੋ ਕੁਛ ਵਰਗੇ ਸਥਾਪਿਤ ਹੋ ਰਹੇ ਨੇ, ਰਾਜਨੀਤਿਕ ਸਾਧਨਾ ਦਾ ਕੇਂਦਰੀਕਰਨ, ਉਹਦੇ ਬਾਰੇ ਵੀ ਆਪਾਂ ਰੋਜ਼ ਹੀ ਚਰਚਾ ਹੁੰਦੀ ਹੈ। ਇਹ ਦੋ ਗੱਲਾਂ ਦੇ ਕੇਂਦਰੀਕਰਨ ਦਾ ਤਾਂ ਸਾਨੂੰ ਪਤਾ, ਜਿਹੜਾ ਸੱਭਿਆਚਾਰਕ ਖੇਤਰ ਦੇ ਵਿੱਚ ਕੇਂਦਰੀਕਰਨ ਹੈ ਉਹ ਬੜੀਆਂ ਸਟਲ ਫਾਰਮਸ ਤਿਆਰ ਕਰਦਾ ਹੁੰਦਾ ਹਮੇਸ਼ਾ, ਕਿਉਂਕਿ ਸੱਭਿਆਚਾਰ ਦਾ ਖੇਤਰ ਰਾਜਨੀਤੀ ਤੇ ਆਰਥਿਕਤਾ ਨਾਲ ਵੱਖਰਾ ਹੈ। ਸੋ ਇੱਥੇ ਹੁਣ ਜਿਹੜਾ ਇੱਕ ਇਹ ਹੋ ਰਿਹਾ ਨਾ ਵੀ ਸੰਸਾਰ ਪੱਧਰ ਤੇ ਸੱਭਿਆਚਾਰਕ ਸਾਧਨਾਂ ਦਾ ਕੇਂਦਰੀਕਰਨ ਵੀ ਹੋ ਰਿਹਾ, ਤੇ ਉਹਦੇ ਵਿੱਚ ਬਹੁਤ ਅਹਿਮ ਥਾਂ ਮਨੋਰੰਜਨ ਦੇ ਸਾਧਨਾਂ ਦੀ ਹੈ, ਜਿਹਦੇ ਵਿੱਚ ਫਿਲਮ ਵੀ ਆ ਫਿਲਮਾਂ ਵੀ ਆ ਜਾਂਦੀਆਂ ਤੇ ਗੀਤ ਸੰਗੀਤ ਵੀ ਆ ਜਾਂਦਾ। ਸੋ ਉਹ ਜਿਹੜਾ ਹੈਗਾ ਸਾਰਾ ਮਤਲਬ ਵੀ ਉਹ ਇਹਦੇ ਨਾਲ ਵੱਖਰਾ ਨਹੀਂ, ਉਹ ਇਹਦਾ, ਕਿਉਂਕਿ ਜੇ ਟੈਸਲਾ ਦਾ ਮਾਲਕ ਟਵਿੱਟਰ ਖਰੀਦਦਾ ਜੀ ਤਾਂ ਉਹਦੀ ਇਕੱਲੀ ਆਰਥਿਕ ਲੋੜ ਨਹੀਂ ਹੈ, ਤੋ ਇਹਦੇ ਪਿੱਛੇ ਕੋਈ ਵੱਡੀ ਗੱਲ ਹੈ ਵੀ ਟੋਟਲ ਗਲਬਾ ਜੇ ਸਥਾਪਿਤ ਕਰਨਾ ਤਾਂ ਜਿਹੜੀ ਸੂਚਨਾ ਤੇ ਮਨੋਰੰਜਨ ਇਹ ਤੇ ਵੀ ਤੁਹਾਡਾ ਟੋਟਲ ਗਲਬਾ ਚਾਹੀਦਾ, ਆਰਥਿਕ ਗਲਬਾ ਵੀ ਨਹੀਂ ਰਹਿਣਾ ਤੇ ਰਾਜਨੀਤਿਕ ਗਲਬਾ ਵੀ ਨਹੀਂ ਰਹਿਣਾ। ਸੋ ਹੁਣ ਤੱਕ ਜਿਹੜੀ ਪਹਿਲਾਂ ਮੂਸੇ ਵਾਲੇ ਤੋਂ ਪਹਿਲਾਂ ਗੀਤ ਸੰਗੀਤ ਦੇ ਮਾਮਲੇ ਚ ਜੋ ਪੰਜਾਬੀ ਸੰਗੀਤ ਦੀਆਂ ਪ੍ਰਾਪਤੀਆਂ ਜਾਂ ਕਾਮਯਾਬੀ ਆ ਉਹ ਮੈਨੂੰ ਇਹ ਲੱਗਦਾ ਕਿ ਉਹ ਇੱਕ ਜਿਹੜੀ ਸਥਾਪਿਤ ਵਲਗਣਾ ਉਹਦੇ ਦਾਇਰੇ ਅੰਦਰ ਹੀ ਹੈ, ਉਹ ਉਸ ਦਾਇਰੇ ਨੂੰ ਤੋੜਿਆ ਨਹੀਂ ਉਹਨਾਂ ਨੇ, ਵੰਗਾਰਿਆ ਨਹੀਂ ਉਸ ਦਾਇਰੇ ਨੂੰ, ਅਜਾਰੇਦਾਰੀ ਨੂੰ ਟੋਟਲ। ਪਰ ਮੂਸੇ ਵਾਲੇ ਨੇ ਜਿਹੜਾ ਨਾ ਉਹ ਉਸਨੂੰ ਵੰਗਾਰਿਆ ਕਿਤੇ ਕਿਤੇ, ਆਪਾਂ ਬਾਅਦ ਚ ਗੱਲ ਕਰਾਂਗੇ ਜੀ। ਜੀ ਮੈਂ ਇਹ ਵੀ ਜਿਵੇਂ ਤੁਸੀਂ ਕਹਿ ਰਹੇ ਹੋਗੇ ਕਿਉਂਕਿ ਕੰਟੈਂਟ ਬਾਰੇ ਪੂਰੀ ਦੁਨੀਆ ਚਰਚਾ ਹੁੰਦੀ ਹੈ, ਜਰਨਲਿਜ਼ਮ ਨੂੰ ਲੈ ਕੇ ਵੀ ਔਰ ਮਿਊਜ਼ਿਕ ਨੂੰ ਲੈ ਕੇ ਵੀ। ਨੌਮ ਚਮਸਕੀ ਬਹੁਤ ਵੱਡੇ ਵਿਦਵਾਨ ਨੇ, ਤੁਹਾਨੂੰ ਪਤਾ ਹੈ, ਨੌਮ ਚਮਸਕੀ ਇੱਕ ਟਰਮ ਲੈ ਕੇ ਆਏ, ਮੈਨੀਫੈਕਚਰਿੰਗ ਕੰਸੈਂਟ ਕੰਸੈਂਟ ਬੇਸਿਕਲੀ ਹੈ ਨਾ, ਯਾਨੀ ਕੰਸੈਂਟ ਦਾ ਕੰਟੈਂਟ ਦਾ ਮੈਨੀਫੈਕਚਰ ਕਿਵੇਂ ਹੁੰਦਾ, ਕਿਵੇਂ ਮੈਨੀਫੈਕਚਰ ਹੁੰਦਾ ਉਹ, ਹੈ ਨਾ, ਇਹ ਵੀ ਇੱਕ ਮਾਰਕੀਟ ਦਾ ਪੂਰਾ ਉਹ ਆ। ਤਾਂ ਉਹ ਕਿਸ ਤਰ੍ਹਾਂ ਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਕਿ ਹੁਣ ਮਿਊਜ਼ਿਕ ਦੇ ਬਹੁਤ ਸਾਰੇ ਦੌਰ ਰਹੇ ਨੇ, ਬੌਬ ਮਾਰਲੇ ਤੋਂ ਲੈ ਕੇ ਤਮਾਮ ਲੋਕ, ਬੜੀ ਦੁਨੀਆ ਦੀ ਆਪਾਂ ਗੱਲ ਕਰੀਏ, ਜਿਵੇਂ ਜਿਹਨੂੰ ਇਹ ਮੂਸੇ ਵਾਲਾ ਵੀ ਲਾਈਕ ਕਰਦੇ ਟਿਪਕ ਨੂੰ, ਉਹ ਵੀ ਪੂਰੀ ਇੱਕ ਤਰ੍ਹਾਂ ਦੀ ਰਾਜਨੀਤਿਕ ਲਾਈਨ ਲੈਂਦੇ ਸੀਗੇ, ਹੈ ਨਾ, ਜਾਂ ਆਪਣੀ ਗੱਲ ਕਹਿੰਦੇ ਸੀਗੇ, ਜਾਂ ਕਾਲਿਆਂ ਦੀ ਗੱਲ, ਖਾਸ ਤੌਰ 'ਤੇ ਕਾਲਿਆਂ ਦਾ ਜਿਹੜਾ ਮਿਊਜ਼ਿਕ ਹੈਗਾ, ਵਿਦਰੋਹ ਦੀ ਭਾਵਨਾ ਦਾ ਮਿਊਜ਼ਿਕ ਸੀਗਾ। ਤੁਹਾਨੂੰ ਕੀ ਲੱਗਦਾ ਪੂਰੀ ਦੁਨੀਆ, ਜਿਵੇਂ ਤੁਸੀਂ ਗੱਲ ਕਹਿ ਰਹੇ ਹੋਗੇ ਪੰਜਾਬ, ਜੇ ਪੂਰੀ ਦੁਨੀਆ ਨਾਲ ਜੋੜ ਕੇ ਪੰਜਾਬ ਦੀ ਗੱਲ ਕਰਨੀ ਹੋਵੇ,
कि पंजाब दे अंदर हुण कल्चर दा प्रभाव राजनीति ते इन्ना जां इहदे जरिए राजनीति कोई नवी शेप लेगी जां राजनीति नवी शेप लै रही है? बिल्कुल बिल्कुल, तो हुण जाहर हो गया, मतलब वो असर पा रही है। ਇਹਦੇ 'ਚ ਦੇਖੋ ਜਿਹੜਾ ਜਿਹੜਾ ਸੱਭਿਆਚਾਰ ਦਾ ਮਾਮਲਾ ਹੈ ਨਾ, ਆਪਾਂ ਪਹਿਲਾਂ ਵੀ ਗੱਲ ਕੀਤੀ, ਉਹ ਸਟਲ ਹੁੰਦਾ ਹੈ। ਹੁਣ ਗੀਤ ਸੰਗੀਤ ਦੇ ਮਾਮਲੇ 'ਚ ਇੱਥੇ ਸਿੰਬਲਸ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਇੱਕ ਤਾਂ ਇਹ ਤੁਸੀਂ ਫੋਰਮ ਕਿਹੜੀ ਅਡੋਪਟ ਕਰਦੇ ਹੋ ਜੀ। ਕਿਸੇ ਮੌਕੇ ਸਾਡੇ ਢਾਡੀ ਪਰੰਪਰਾ ਸੀ, ਕਵੀਸ਼ਰੀ ਪਰੰਪਰਾ ਸੀ, ਫਿਰ ਦੋ ਗਾਣੇ ਆਏ ਹੈ ਨਾ, ਉਹ ਅਖਾੜੇ ਲੱਗਣੇ ਸ਼ੁਰੂ ਹੋਏ, ਉਹ ਸਭ ਉਹ ਵੀ ਸਾਡੇ ਚੱਲੇ ਨੇ। ਇਹ ਸਿੱਧੂ ਮੂਸੇ ਵਾਲੇ ਨੇ ਕੀ ਕੀਤਾ ਵੀ ਇਹਨੇ ਇਹ ਰੈਪ ਨੂੰ ਲੈ ਕੇ ਆਇਆ, ਹਿਪ ਹੌਪ ਜਿਹੜਾ ਕਲਚਰ ਆ। ਹਾਂਜੀ, ਹੁਣ ਇਹ ਜਿਹੜਾ ਹੈਗਾ ਸਾਨੂੰ ਤਾਂ ਲੱਗ ਸਕਦਾ ਵੀ ਐਵੇਂ ਇਹ ਫੋਕਰ ਅਬਸਰਡ ਕਹਿੰਦੇ ਰਹੇ ਲੋਕ ਇਹਨੂੰ ਅਬਸਰਡ। ਹਾਂ ਅਬਸਰਡ ਉਹ ਕਹਿੰਦੇ ਹੀ ਐਂ ਹੁੰਦੇ ਆ, ਉਹ ਉਹਦਾ ਵੀ ਇੱਕ ਕਾਰਨ, ਕਿਉਂਕਿ ਇਹ ਜਿਹੜਾ ਰੈਪ ਹੈ ਇਹਨੂੰ ਲੈ ਕੇ ਆਏ ਐਕਚੁਲੀ ਕਾਲੇ। ਉਹਦੇ 'ਚ ਯਾਦਵਿੰਦਰ ਗੱਲ ਇਹ ਹੈ ਕਿ ਓਪਰੈਸ਼ਨ ਦੇ ਖਿਲਾਫ਼ ਜੀ ਲੜਾਈ ਹਮੇਸ਼ਾ ਹੀ ਸਿੱਧੀ ਰਾਜਨੀਤਿਕ ਜ਼ਰੂਰੀ ਨਹੀਂ ਲੜੀ ਜਾਵੇ, ਹਮੇਸ਼ਾ ਹੀ ਅਲਟੀਮੇਟਲੀ ਰਾਜਨੀਤਿਕ ਬਣਦੀ ਹੈ, ਪਰ ਕਈ ਵਾਰ ਉਹ ਸਟਲ ਕਲਚਰਲ ਫਾਰਮ ਦੇ ਵਿੱਚ ਵੀ ਲੜੀ ਜਾਂਦੀ ਹੈ, ਤੇ ਮਿਊਜ਼ਿਕ ਵੀ ਉਹਦਾ ਇੱਕ ਸਾਧਨ ਬਣ ਸਕਦਾ, ਇਹ ਕਾਲਿਆਂ ਨੇ ਦਿਖਾਇਆ। ਸੋ ਕਾਲਿਆਂ ਨੇ ਰੈਪ ਨੂੰ ਅਡੋਪਟ ਕਰਨਾ ਜਾਂ ਇੱਕ ਹਿਪ ਹੌਪ ਜੋ ਵੀ ਤੁਸੀਂ ਕਹਿੰਦੇ ਹੋ, ਉਹ ਉਹਦਾ ਉਹਦਾ ਇੱਕ ਰੀਜਨ ਸੀ, ਉਹਨਾਂ ਨੇ ਓਪਰੈਸ਼ਨ ਨੂੰ ਵੰਗਾਰਿਆ। ਉਹ ਆਪਦੇ ਹੁਣ ਇਹਦੇ ਵਿੱਚ ਸਿੰਬਲ ਦੀ ਬੜੀ ਅਹਿਮੀਅਤ ਹੁੰਦੀ ਹੈ ਹਮੇਸ਼ਾ ਜੀ, ਕਿ ਤੁਸੀਂ ਗਾਉਣ ਵੇਲੇ ਤੁਹਾਡੀ ਬੋਡੀ ਲੈਂਗੁਏਜ, ਤੁਹਾਡਾ ਸੰਗੀਤ, ਤੁਹਾਡੀਆਂ ਹਰਕਤਾਂ ਇਹ ਕਾਊਂਟ ਕਰਦੀਆਂ ਜੀ। ਸੋ ਪੰਜਾਬੀ ਸੰਗੀਤ ਦੇ ਜਾਂ ਗੀਤਾਂ ਦੇ ਮਾਮਲੇ 'ਚ ਜਿਹੜੀ ਪਹਿਲਾਂ ਪ੍ਰਾਪਤੀ ਹੋਈ ਹੈ ਮੂਸੇ ਵਾਲੇ ਤੋਂ ਪਹਿਲਾਂ, ਭਾਵੇਂ ਉਹ ਗੁਰਦਾਸ ਮਾਨ ਸੀ ਅਤੇ ਭਾਵੇਂ ਉਦੋਂ ਹੁਣ ਤੱਕ ਜੋ ਵੀ ਜੋ ਵੀ ਸਾਡੇ ਸਥਾਪਿਤ ਸੰਗੀਤਕਾਰ ਜਾਂ ਗੀਤਕਾਰ ਹੈਗੇ ਨੇ, ਉਹਨਾਂ ਨੇ ਉਹ ਵਲਗਣਾਂ ਨੂੰ ਨਹੀਂ ਚੈਲੇਂਜ ਕੀਤਾ, ਅਚੇਤ ਤੌਰ 'ਤੇ ਉਹਨਾਂ ਵਲਗਣਾਂ ਦੇ ਵਿੱਚ ਹੀ ਰਹੇ। ਮੈਂ ਉਹਨੂੰ ਅਚੇਤ ਤੌਰ 'ਤੇ ਕਹਿਣਾ, ਉਹ ਸਚੇਤ ਨਹੀਂ ਸੀ। ਸੋ ਇਸ ਕਰਕੇ ਜੋ ਵੱਡੇ ਸਾਡੇ ਨਾਂ ਵੀ ਨੇ ਆਪਣੇ ਗਾਇਕਾਂ ਦੇ ਵਿੱਚ ਬਹੁਤ ਸਥਾਪਿਤ ਅਤੇ ਦੁਨੀਆ ਪੱਧਰ 'ਤੇ ਵੀ ਉਹਨਾਂ ਦਾ ਨਾਂ ਬਣਿਆ, ਉਹ ਉਹਨਾਂ ਦੀ ਖਾਸੀਅਤ ਇਹ ਰਹੀ ਕਿ ਉਹ ਉਹਨਾਂ ਵਲਗਣਾਂ ਤੋਂ ਬਾਹਰ ਨਹੀਂ ਜਾ ਸਕੇ। ਮੂਸੇ ਵਾਲੇ ਦੇ ਅੰਦਰ ਮੈਨੂੰ ਲੱਗਦਾ ਕੋਈ ਜਮਾਂਦਰੂ ਇਹੀ ਜਿਹੀ ਗੱਲ ਪਈ ਸੀ, ਬਾਗੀ ਪੜਾ ਕਿ ਨਾਬਰੀ ਲਿਆਂਦੀ ਹੈ, ਅਤੇ ਉਹਦੇ ਵਾਸਤੇ ਢੁੱਕਵੀਂ ਫਾਰਮ ਰੈਪ ਵੀ ਬਣ ਸਕਦੀ। ਇਹ ਸ਼ਾਇਦ ਜਦੋਂ ਇਹ ਕਨੇਡਾ ਗਿਆ, ਇਹਦਾ ਇੰਟਰੈਕਸ਼ਨ ਹੋਇਆ ਉੱਥੇ, ਉੱਥੋਂ ਸ਼ਾਇਦ ਇਹਨੂੰ, ਕਿਉਂਕਿ ਅੰਦਰ ਤਾਂ ਪਹਿਲਾਂ ਪਈ ਹੈ ਕਿਤੇ ਗੱਲ, ਉੱਥੋਂ ਕਲਿੱਕ ਕਰ ਵੀ ਆਹ ਹੈ ਮੇਰੀ ਫਾਰਮੂਲਾ, ਉਹ ਇਹਨੇ ਕੀਤੀ। ਅਤੇ ਉਹਦੇ 'ਚ ਯਾਦਵਿੰਦਰ ਜਿਹੜੇ ਸਿੰਬਲਸ ਹੁੰਦੇ ਨਾ ਹਮੇਸ਼ਾ ਹੀ, ਉਹ ਸਾਨੂੰ ਦੇਖਣਾ ਪਊਗਾ ਉਹ ਸਾਰਾ ਮਿਊਜ਼ਿਕ ਦਾ ਅਤੇ ਉਹਦੀਆਂ ਜੋ ਮੂਵਮੈਂਟਸ ਹੈ ਬੰਦਿਆਂ ਦੀਆਂ, ਉਹ ਤੁਸੀਂ ਕਾਲਿਆਂ ਦੀਆਂ ਵੀ ਦੇਖੋ, ਮਤਲਬ ਉਹ ਅਕਸਰ ਉਹ ਨਾ ਜਿਵੇਂ ਦੋ ਉਂਗਲਾਂ ਖੜੀਆਂ ਕਰਦੇ ਆ, ਉਹ ਸਿੰਬਲ ਹੈ ਇੱਕ ਵੀ ਚੈਲੇਂਜ ਯੂ, ਵੀ ਡੈਮ ਕੇਅਰ ਅਬਾਊਟ ਯੂ। ਸੋ ਜਿਹੜੇ ਉਹਨਾਂ ਦੇ ਸਿੰਬਲ ਕਾਰਪੋਰੇਟਸ ਦੇ, ਜਿਹਨੂੰ ਡਾਕਟਰ ਸੁਖਪ੍ਰੀਤ ਉਦੋ ਕੇ ਨੇ ਲੂਮੀਨਾਤੀ ਦੇ ਕੇ, ਉਹ ਸਿੰਬਲ ਹੋਰ ਸਾਡੇ ਬਹੁਤੇ ਗਾਇਕ ਸਾਨੂੰ ਪਤਾ ਹੀ ਨਹੀਂ ਉਹ ਉਹਨਾਂ ਸਿੰਬਲਾਂ ਦੀ ਕੈਦ 'ਚ, ਇਸ ਕਰਕੇ ਉਹ ਮਤਲਬ ਉਹਨਾਂ ਦੀ ਕਾਮਯਾਬੀ ਹੋਰ ਤਰ੍ਹਾਂ ਦੀ ਸੀ। ਇਹਨੇ ਮਤਲਬ ਇਹ ਲਿਆਂਦੇ ਨਾ, ਉਹ ਤਾਂ ਕਰਦੇ ਸੀ ਦੋ ਉਂਗਲਾਂ ਖੜੀਆਂ ਜਿਹੜੇ ਕਾਲੇ ਗਾਇਕ, ਇਹਨੇ ਇੱਕ ਉਂਗਲ ਖੜੀ ਕੀਤੀ ਹੈ ਤੇ ਨਾਲ ਥਾਪੀ। ਹੁਣ ਤੁਸੀਂ ਇਹਨੂੰ ਆਪਾਂ ਦੇਖੀਏ ਵੀ ਇਹ ਗੱਲ ਇਹਨੇ ਕਿੱਥੋਂ ਲਿਆਂਦੀ, ਇਹਨੂੰ ਬੰਦੇ ਹੋਸ਼ਾਪਣ ਫੁਕਰਾਪਣ ਜਾਂ ਬੜਾ ਮਤਲਬ ਉਸ ਤਰ੍ਹਾਂ ਦਾ ਕਹਿ ਸਕਦੇ, ਐਕਚੁਲੀ ਇਹ ਗੱਲ ਨਹੀਂ। ਥਾਪੀ ਤੇ ਉਂਗਲ ਖੜੀ ਹੋਣੀ ਇਹ ਤੁਹਾਨੂੰ ਪਤਾ ਸਾਡੀ ਕਬੱਡੀ ਚੋਂ ਆਈ ਹੈ, ਕਬੱਡੀ ਪਾਉਣ ਗਿਆ ਬੰਦਾ ਥਾਪੀ ਮਾਰਦਾ, ਪੁਆਇੰਟ ਲੈ ਕੇ ਜਦੋਂ ਆਉਂਦਾ ਉਦੋਂ ਉਂਗਲ ਖੜੀ ਹੁੰਦੀ ਹੈ ਵਿਕਟਰੀ ਦੀ।
ਪਹਿਲਾ ਚੈਲੰਜ ਹੈ, ਤੁਸੀਂ ਵੰਗਾਰ ਰਹੇ ਹੋ ਵਿਰੋਧੀ ਨੂੰ, ਦੂਜਾ ਤੁਹਾਡੀ ਜਿੱਤ ਦਾ ਪ੍ਰਤੀਕ ਬਣ ਗਿਆ। ਇਹ ਕ੍ਰਿਕਟ ਚ ਪੋਸੀਬਲ ਨਹੀਂ, ਇਹ ਗੋਲਫ ਚ ਪੋਸੀਬਲ ਨਹੀਂ, ਇਹ ਟੇਬਲ ਟੈਨਿਸ ਚ ਪੋਸੀਬਲ ਨਹੀਂ, ਈਵਨ ਬਾਸਕਟਬਾਲ ਚ ਪੋਸੀਬਲ ਨਹੀਂ। ਕਿਉਂਕਿ ਸਾਡੀ ਖੇਡ ਹੈ ਹੀ ਕਬੱਡੀ, ਸਾਡੀ ਪਰੰਪਰਾ ਚੋਂ ਤਾਂ ਆਈ ਹੋਈ। ਸੋ ਉਹ ਸਾਨੂੰ ਕਬੱਡੀ ਦੇ ਵਿੱਚੋਂ ਇਹਨੇ ਕਿਤੇ ਉਹ ਗੱਲ ਲਈ ਤੇ ਬੰਦਿਆਂ ਨੂੰ ਇਹ ਲੱਗੀ ਗਿਆ ਵੀ ਇਹ ਹੰਕਾਰ, ਹੰਕਾਰ ਨਹੀਂ ਨਾਬਰੀ ਸੀ, ਇਹ ਚੈਲੇਂਜ ਸੀਗਾ। ਇਹ ਅਚੇਤ ਤੌਰ ਤੇ ਵੀ ਹੋ ਸਕਦਾ ਸਿੱਧੂ ਦਾ, ਕਿਉਂਕਿ ਪੂਰੀ ਹਿਸਟਰੀ ਪਈ ਆ, ਜਾਂ ਸੁਚੇਤ ਹੋ ਕੇ ਹੀ ਕਰ ਰਿਹਾ ਉਹ ਸਾਰਾ ਕੁਛ, ਜਾਂ ਅਚੇਤ ਤੋਂ ਆਈ ਹੋਈ ਗੱਲ ਉਹਦੇ ਨਾਲ ਜੁੜ ਗਈ, ਉਹਦੇ ਵਿਰਾਸਤ 'ਚ ਪਈ ਹੋਈ ਗੱਲ ਸੀ, ਉਹਦੀ ਵਿਰਾਸਤ 'ਚ ਪਈ ਸੀ ਸਿੱਖ ਉਹਦੇ ਨਾਲ ਕਿਤੇ ਨਾ ਕਿਤੇ ਉਹ ਸਿੱਖੀ ਨਾਲ ਬਹੁਤ ਮਿੰਟਾਂ ਹੋਣ ਲੱਗਦਾ, ਜਿਹੜਾ ਉਹਨੇ ਮਤਲਬ ਪੱਗ ਨਹੀਂ ਲਾਹੀ, ਪੱਗ ਤਾਂ ਹੋਰ ਬੰਦਿਆਂ ਨੇ ਵੀ ਨਹੀਂ ਲਾਹੀ, ਪਰ ਉਹਨੇ ਜਿਹੜਾ ਕੇਸਾਂ ਨੂੰ ਪਿਆਰ ਕੀਤਾ ਇਹ ਐਵੇਂ ਨਹੀਂ, ਅਕਾਰਨ ਨਹੀਂ, ਉਹਦੇ 'ਚ ਕੁਛ ਨਾ ਕੁਛ ਅਜਿਹੀਆਂ ਗੱਲਾਂ ਪਈਆਂ ਸੀਗੀਆਂ। ਸੋ ਉਹਦੇ ਕਿਤੇ ਜਮਾਂਦਰੂ ਪਈ ਸੀ ਉਹਦੀ ਤਬੀਅਤ ਦੇ ਅੰਦਰ, ਜੇ ਕੈਨੇਡਾ ਨਾ ਜਾਂਦਾ ਸ਼ਾਇਦ ਇਹ ਉਂਝੀ ਰਹਿ ਜਾਂਦੀ। ਉੱਥੋਂ ਜਾ ਕੇ ਜਦੋਂ ਉਹਨੇ ਉਹ ਦੇਖਿਆ ਉਹਨਾਂ ਨੂੰ ਤੇ ਉਹਦੇ ਉਹ ਤਾਂ ਉਹਦੇ ਹੀਰੋ ਬਣ ਗਏ ਬੰਦੇ, ਉਹਨੇ ਫਿਰ ਉਹਦਾ ਪੰਜਾਬੀਕਰਨ ਕਰ ਲਿਆ। ਓਰੀਜਨਲ ਬੰਦੇ ਦਾ ਇਹੀ ਹੁੰਦਾ, ਨਕਲ ਨਹੀਂ ਕਰਦਾ, ਉਹ ਆਈਡੀਆ ਲੈਂਦਾ ਤੇ ਫਿਰ ਉਹਨੂੰ ਆਪਦੀ ਨਾ ਪਰੰਪਰਾ ਨਾਲ ਤੇ ਆਪਦੀ ਓਰੀਜਨੈਲਿਟੀ ਨਾਲ ਜੋੜਦਾ। ਸੋ ਉਹਨੇ ਇਹਦਾ ਪੰਜਾਬੀਕਰਨ ਕਰਕੇ ਇਹ ਗੱਲ ਲਿਆਂਦੀ। ਆਹ ਵੱਡੀ ਗੱਲ ਹੈ, ਜਿਹੜਾ ਹੋਰ ਕੋਈ ਗੁਰਦਾਸ ਮਾਨ ਦਾ ਨੱਚਣਾ ਉਹ ਬਿਲਕੁਲ ਉਹਦੇ 'ਚ ਨਾਬਰੀ ਨਹੀਂ, ਕੋਈ ਮਨੋਰੰਜਨ ਤੋਂ ਬਿਨਾਂ ਕੁਛ ਵੀ ਨਹੀਂ। ਜਿਹੜਾ ਉਹ ਸਾਡੇ ਦਰਬਾਰੀ ਨਚਾਰ ਹੁੰਦੇ ਸੀ ਉਹ ਵੀ ਇਹੀ ਕੰਮ ਕਰਦੇ ਸੀ। ਮੈਂ ਤਾਂ ਕਹਿਣਾ ਵੀ ਉਹ ਬੰਦੇ ਉਹ ਬਲਗਣਾ ਤੋਂ ਪਾਰ ਨਹੀਂ ਜਾ ਸਕਦੇ। ਇਹ ਪੋਟੈਂਸ਼ੀਅਲ ਦੋ ਵਰਗਾਂ 'ਚ ਸੀ, ਇੰਡੀਆ 'ਚ ਜਾਂ ਦਲਤਾਂ 'ਚ ਉੱਠਦਾ ਕੋਈ ਬੰਦਾ, ਗਾਇਕਾਂ 'ਚ ਤੇ ਦਲਤਾਂ 'ਚੋਂ ਵੀ ਫਿਰ ਜਾਂ ਤਾਂ ਉੱਠਦਾ ਮਤਲਬ ਵੀ ਸਿੱਖਾਂ ਦੇ ਵਿੱਚੋਂ ਪੰਜਾਬ 'ਚੋਂ। ਉਹ ਮੈਨੂੰ ਬਹੁਤ ਅਫਸੋਸ ਹੈ ਵੀ ਹੰਸ ਰਾਜ ਹੰਸ ਇੱਕ ਸੀਗਾ, ਮਤਲਬ ਕੁਦਰਤ ਨੇ ਉਹਨੂੰ ਮੌਕਾ ਬਖਸ਼ਤੇ ਸੀ, ਸ਼ਾਇਦ ਉਹਦੇ ਅੰਦਰ ਉਹ ਬਾਗੀ ਕਿਤੇ ਕਣ ਕੁਦਰਤ ਨੇ ਨਹੀਂ ਦਿੱਤਾ ਵਾਹਿਗੁਰੂ ਨੇ ਇੰਨੀ ਜ਼ੋਰ। ਪਰ ਇੱਕ ਦੌਰ 'ਚ ਹੰਸਰਾਜ ਹੰਸ ਨੇ ਵੀ ਗਾਇਆ ਪੱਤਾ ਪੱਤਾ ਸਿੰਘਾਂ ਦਾ ਵੈਰੀ। ਦੇਖੋ ਇਹੋ ਜਿਹੇ ਗਾਣੇ ਗਾ ਲੈਣੇ ਨਾ, ਇਹ ਆਪਾਂ ਰਾਜਨੀਤੀ ਦੇ ਬਾਰੇ ਵੀ ਕਿਤੇ ਗੱਲ ਕਰਾਂਗੇ, ਖਾਲਿਸਤਾਨ ਦੀ ਗੱਲ ਕਰ ਲੈਣੀ, ਨਾਰੇ ਮਾਰ ਲੈਣੇ, ਇਹੀ ਨਾਬਰੀ, ਇਹ ਇਕੱਲੀ ਇਹ ਗੱਲ ਨਹੀਂ ਹੁੰਦੀ। ਗਰਮਾ ਗਰਮ ਗਾਣੇ ਬੰਦਿਆਂ ਨੇ ਬੜੇ ਗਾਏ। ਮੈਂ ਤਾਂ ਉਹ ਕਹਿਣਾ ਵੀ ਉਹ ਬਲਗਣਾ ਤੋਂ ਬਾਹਰ ਨਹੀਂ ਸੀ ਜਾਂਦੇ, ਉਸਦੇ ਅੰਦਰ ਅੰਦਰ ਰਹਿੰਦੇ ਉਹ ਕਰੀ ਜਾਂਦੇ, ਅਪੇਰੈਂਟਲੀ ਲੱਗ ਸਕਦਾ ਸੀਗਾ, ਅਲਟੀਮੇਟਲੀ ਦੇ ਕੰਪਰੋਮਾਈਜ਼ਡ। ਕਿਉਂਕਿ ਜਿੰਨਾ ਚਿਰ ਤੁਹਾਡੇ ਅੰਦਰ ਨਹੀਂ ਉਹ ਗੱਲ ਤੇ ਤੁਸੀਂ ਚਲੋ ਕਰਤਾ ਲਈ ਉਹ ਨਿਭਦੀ ਨਹੀਂ, ਬਾਹਲਾ ਚਿਰ ਪੁੱਗਦੀ ਨਹੀਂ। ਸੋ ਇੱਥੇ ਜਿਹੜੀ ਸਿੱਧੂ ਮੂਸੇ ਵਾਲਾ ਜੋ ਗੱਲ ਲੈ ਕੇ ਆਇਆ ਗਾਇਕੀ ਦੇ ਖੇਤਰ 'ਚ, ਉਹ ਇਹ ਸੀ ਵੀ ਉਹਨੇ ਪੁਰਾਣੀਆਂ ਬਲਗਣਾਂ ਤੋੜੀਆਂ। ਤੇ ਆਪਾਂ ਇੱਥੇ ਨਹੀਂ ਇਹ ਗੱਲ ਕਰਦੇ, ਮੈਨੂੰ ਇਹ ਲੱਗਦਾ ਕਿ ਜਿਹੜੀ ਜੋਰਾ ਫਿਲਮ ਹੈ ਇਹ, ਉਹ ਤੇ ਅਜੇ ਇਸ ਤਰ੍ਹਾਂ ਗੱਲ ਨਹੀਂ ਹੋਈ। ਕਿਸੇ ਨਾ ਕਿਸੇ ਲੈਵਲ ਤੇ ਪੰਜਾਬੀ ਇੰਡਸਟਰੀ 'ਚ ਪੰਜਾਬੀ ਫਿਲਮ ਬਹੁਤ ਤਰੱਕੀ ਕੀਤੀ, ਹਰਭਜਨ ਮਾਨ ਦੀਆਂ ਫਿਲਮਾਂ ਬੜੀਆਂ ਪਾਪੂਲਰ ਹੋਈਆਂ ਕਿਸੇ ਮੌਕੇ, ਤੇ ਦਲਜੀਤ ਦੋਸਾਂਝ ਦੀਆਂ ਪੰਜਾਬ ਮਸਲੇ ਨੂੰ ਲੈ ਕੇ ਬੜੀ ਚੱਲੀਆਂ ਫਿਲਮਾਂ, ਪਰ ਉਹਨਾਂ ਸਾਰੀਆਂ ਫਿਲਮਾਂ ਦੀ ਇਹ ਵੀਕਨੈਸ, ਉਹ ਉਹਨਾਂ ਬਲਗਣਾ ਤੋਂ ਬਾਹਰ ਨਹੀਂ ਜਾ, ਉਹ ਸਾਰਾ ਨੈਰੇਟਿਵ ਉਹਦੇ ਅੰਦਰ ਹੈ। ਜੋਰਾ ਫਿਲਮ ਨੇ ਉਹ ਤੋੜਿਆ, ਇਹ ਆਪਾਂ ਫਿਰ ਕਿਤੇ ਉਹ ਅਮਰਦੀਪ ਗਿੱਲ ਤੇ ਸਿੱਧੂ ਦੀਪ ਸਿੱਧੂ ਇਹ ਜਿਹੜਾ ਕੰਬੀਨੇਸ਼ਨ ਬਣਿਆ ਇਹ ਅਕਾਰਨ ਨਹੀਂ ਬਣ ਗਿਆ ਸੀ। ਸੋ ਇਹ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਵੀ ਫਿਰ ਜੋ ਇੱਕ ਜੁੜਦਾ ਜਿਹਾ ਗੱਲ ਆਪਸ ਵਿੱਚ ਹੀ, ਸੋ ਇਹਨਾਂ ਨੇ ਆਪਦੇ ਆਪਦੇ ਤਰੀਕੇ ਨਾਲ ਉਹ ਸਥਾਪਤੀ ਨੂੰ ਤੇ ਉਹ ਬਲਗਣਾ ਨੂੰ ਵਿਗਾੜਿਆ, ਮਤਲਬ ਤੋੜਿਆ, ਨਵੀਆਂ ਪੈੜਾਂ ਪਾਈਆਂ ਆਪਦੇ ਆਪਦੇ ਖੇਤਰ 'ਚ। ਮੈਂ ਤੁਹਾਡੇ ਤੋਂ ਉੱਚ ਕਲੀ ਜੇ ਮੈਂ ਪਹਿਲਾਂ ਵੀ ਸਵਾਲ ਕਰ ਰਿਹਾ ਸੀਗਾ, ਜੇ ਤੁਸੀਂ ਹੋਰ ਵੀ ਕੋਈ ਗੱਲ ਕਹਿਣਾ ਚਾਹੁੰਦੇ ਹੋ ਇਹ 'ਚ ਐਡ ਕਰ ਦਿਓ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਸੀ।
ਮੈਂ ਕਹਿ ਰਿਹਾ ਸੀਗਾ ਕਿ ਕਲਚਰ ਦੇ ਅੰਦਰ ਇੰਨੀਆਂ ਚੀਜ਼ਾਂ ਹੋ ਰਹੀਆਂ ਨੇਗੀਆਂ, ਜਿਹੜੀ ਮੈਂ ਪੁੱਛ ਰਿਹਾ ਸੀਗਾ ਕਿ ਤੁਸੀਂ ਕਿਵੇਂ ਦੇਖਦੇ ਹੋ ਸੰਗਰੂਰ ਇਲੈਕਸ਼ਨ ਹੋ ਕੇ ਹਟੀ ਹੈ। ਸੰਗਰੂਰ ਇਲੈਕਸ਼ਨ ਦੇ ਅੰਦਰ ਸਿਮਰਜੀਤ ਮਾਨ ਵੀ ਕੈਂਡੀਡੇਟ ਸੀ, ਪੰਜਾਬ ਦੀ ਰਾਜਨੀਤੀ ਦੇ ਅੰਦਰ ਚੱਬੇ ਦਾ ਇਕੱਠ ਹੋਵੇ, ਬਰਗਾੜੀ ਹੋਵੇ, ਦੀਪ ਦੀ ਦੇ ਮੌਤ ਦੇ ਉੱਤੇ ਇਕੱਠ ਹੋਵੇ ਜਾਂ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਇਕੱਠ ਹੋਵੇ, ਹੈ ਨਾ, ਉੱਥੇ ਬਹੁਤ ਸਾਰੀ ਰਾਜਨੀਤੀ ਦੀ ਵੀ ਆਪਣੇ ਆਪਣੇ ਤਰੀਕੇ ਨਾਲ ਗੱਲ ਹੁੰਦੀ ਹੈਗੀ, ਹੈ ਨਾ। ਮੈਂ ਪੁੱਛਣਾ ਕਿ ਤੁਸੀਂ ਇਹ ਸਾਰੇ ਕਾਸੇ 'ਚੋਂ ਇਹ ਗੀਤਾਂ ਦੇ ਇਹ ਗੀਤ ਨੂੰ ਅਗਲੀ ਰਾਜਨੀਤੀ ਨਾਲ ਵੀ ਜੋੜਦੇ ਹੋ, ਕੀ ਇਹ ਅਗਲੀ ਰਾਜਨੀਤੀ ਦਾ ਜਿਹੜਾ ਇੱਕ ਪੋਟੈਂਸ਼ੀਅਲ ਹੈਗਾ ਉਹ ਇਹਦੇ 'ਚ ਪਿਆ ਹੈਗਾ, ਕਿ ਕੋਈ ਨਵੀਂ ਰਾਜਨੀਤੀ ਜਾਂ ਹਿਸਟਰੀ ਨਾਲ ਇਤਿਹਾਸ ਨਾਲ ਕਨੈਕਟ ਕਰਦੀ ਰਾਜਨੀਤੀ ਬਿਲਡ ਹੋ ਸਕਦੀ ਹੈ, ਸ਼ੇਪ ਹੋ ਸਕਦੀ ਹੈ ਪੰਜਾਬ 'ਚ? ਦੇਖੋ, ਮੈਂ ਪਹਿਲਾਂ ਸ਼ੁਰੂ 'ਚ ਹੀ ਗੱਲ ਕੀਤੀ ਸੀ ਵੀ ਇਹਨੂੰ ਇੱਕ ਤਾਂ ਗੀਤ ਸੰਗੀਤ ਦੇ ਖੇਤਰ 'ਚ ਜਿਹੜੇ ਨਵੇਂ ਵਰਤਾਰੇ ਵਾਪਰ ਰਿਹਾ ਉਹਦੀ ਰੋਸ਼ਨੀ 'ਚ, ਦੂਜਾ ਜੋ ਪੰਜਾਬ 'ਚ ਅਜੋਕਾ ਰਾਜਨੀਤਿਕ ਰੌਂ ਹੈ ਉਹ ਬਹੁਤ ਅਹਿਮ ਹੈ। ਉਹ ਰੌਂ ਵੀ ਨਾਬਰੀ ਵਾਲਾ, ਉਹ ਰੌਂ ਦੀ ਕਾਬ ਦੀ ਖਾਸੀਅਤ ਹੈ, ਤੇ ਇਸ ਕਰਕੇ ਦੀਪ ਸਿੱਧੂ ਦੀ ਪਾਪੂਲੈਰਿਟੀ, ਉਹਦੇ ਵੀ ਸਾਰਾ ਉਹਦੀ ਮੌਤ ਤੇ ਉਹਦੇ ਭੋਗ ਤੇ ਘੱਟ, ਇਸ ਤਰ੍ਹਾਂ ਇਹਦੀ ਮਤਲਬ ਇਸ ਤਰ੍ਹਾਂ ਹੋਣਾ ਸਿੱਧੂ ਮੂਸੇਵਾਲੇ ਦਾ, ਉਹ ਰਾਜਨੀਤਿਕ ਰੌਂ ਨਾਲ ਇੱਕ ਸੁਰ ਨਹੀਂ ਬਣ। ਜਿਹੜਾ ਗਾਇਕ ਇਸ ਰਾਜਨੀਤਿਕ ਰੌਂ ਨਾਲ ਇੱਕ ਸੁਰ ਨਹੀਂ, ਭਾਵੇਂ ਵੱਡੇ ਨਾਂ ਹੈ, ਅਰਬੀ ਸ਼ੇਰ ਗਿੱਲ ਹੈ, ਹਾਲਾਂਕਿ ਕੇ ਲੈ ਕੇ ਜਿਹੜਾ ਹੰਸ ਰਾਜ ਹੰਸ ਹੈ ਅੱਜ ਵੀ ਇੱਕ ਮਤਲਬ ਆਪਾਂ ਜੇ ਕਹਿ ਲਈਏ ਕਲਾ ਦੇ ਖੇਤਰ 'ਚ ਉਹਦੇ ਕੋਲ ਗਾਇਕੀ ਹੈ, ਪਰ ਅਨਫਾਰਚੂਨੇਟ ਉਹ ਉਸ ਰਾਜਨੀਤਿਕ ਰੌਣ ਨਾਲ ਇੱਕ ਸੁਰ ਨਹੀਂ ਹੋ ਸਕਦਾ, ਜਾਂ ਉਹਦੇ ਉਲਟ ਖੜ ਗਏ ਜਾਂ ਤੋਂ ਪਾਸੇ ਚਲੇ ਗਏ, ਕਈਆਂ ਨੇ ਕਿਨਾਰਾ ਜਾ ਕਰ ਲਿਆ। ਸੋ ਇਹ ਗੱਲ ਜਿਹੜੀ ਹੈ ਨਾ, ਇਹ ਜਿਹੜਾ ਗੀਤ ਆਉਣਾ ਆਮ ਸਿਚੁਏਸ਼ਨ 'ਚ, ਇਸ ਗੀਤ ਨੇ ਇਹਦੀ ਸ਼ਹਿਦ ਤਰਥੱਲੀ ਨਾਮ। ਸੋ ਮੈਂ ਅਖੀਰ 'ਤੇ ਨਾ ਬਰੀਫ ਇਹ ਗੱਲ ਇੱਕ ਕਮੈਂਟ ਕਰਨਾ ਚਾਹੁੰਦਾ ਕਿ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਅਤੇ ਤੁਹਾਡੇ ਨਾਲ ਜਿਹੜੀ ਉਹਦੀ ਇੰਟਰਵਿਊ ਹੈ ਉਹ ਵੀ ਇੱਕ ਕਹਿ ਲਓ ਕਿ ਵੱਡੀ ਗੱਲ ਹੋਈ ਹੈ, ਉਹ ਵੀ ਇੱਕ ਨਵੇਂ ਸਮੇਂ ਦੇ ਕੁਛ ਸੰਕੇਤ ਪਏ। ਉਹਦੀ ਖਾਸੀਅਤ ਇਹ ਹੈ ਕਿ ਭਾਈ ਦਲਜੀਤ ਸਿੰਘ ਨੇ ਜੋ ਵੀ ਕਿਤਾਬ 'ਚ ਗੱਲਾਂ ਕੀਤੀਆਂ ਜਾਂ ਤੁਹਾਡੇ ਨਾਲ ਇੰਟਰਵਿਊ 'ਚ ਕੀਤੀਆਂ ਉਹ ਧਾਰਾ ਨਿਰੋਲ ਜਿਹੜੀ ਨਿਰਮਲ ਪੰਥਕਤਾ ਉਹ ਬਿਲਕੁਲ ਉਸ ਦਾਇਰੇ 'ਚ, ਉਹਦੀ ਪ੍ਰਾਪਤੀ ਤੇ ਖੂਬਸੂਰਤੀ ਇਹ ਹੈ ਕਿ ਉਹ ਪੰਥਕ ਜਿਹੜੀ ਸਾਡੀ ਹੈਗੀ ਹੈ ਨਾ ਪਰੰਪਰਾ ਰਵਾਇਤ ਉਹਦੇ 'ਚ ਐਨ ਫਿੱਟ ਹੁੰਦੀ ਗੱਲ, ਉਸਨੇ ਵੀ ਅਸਰ ਪਾਉਣਾ ਸਭ ਕੁਛ ਬਾਰੇ। ਤੁਸੀਂ ਲਹਿਰ ਬਾਰੇ ਜੋ ਪਰਸੈਪਸ਼ਨ ਬਣੀ ਹੁਣ ਤੱਕ ਉਹ ਟੁੱਟੂ। ਸੋ ਇਹਨਾਂ ਦੋਹੇ ਚੀਜ਼ਾਂ ਨੂੰ ਇੱਕ ਦੂਜੇ ਦੇ ਉਲਟ ਨਹੀਂ ਦੇਖਣਾ ਚਾਹੀਦਾ ਕਿਤੇ ਨਾ ਕਿਤੇ, ਜਿਹੜੀਆਂ ਕਲਚਰਲ ਫਾਰਮਸ ਹੈ ਨਾ ਉਹ 'ਚ ਸਾਨੂੰ ਇਸ ਤਰ੍ਹਾਂ ਦੀ ਸਾਨੂੰ ਨਾ ਇੱਕ ਥੋੜ੍ਹਾ ਜਿਹਾ ਮਾਰਜਨ ਦੇ ਕੇ ਚੱਲਣਾ ਚਾਹੀਦਾ। ਈਵਨ ਰੈਪ ਦੇ ਵਿੱਚ ਕਾਲਿਆਂ ਨੇ ਵੀ ਇਹ ਲਿਆਉਂਦਾ, ਉਹਨਾਂ ਦੀ ਭਾਸ਼ਾ ਅਤੇ ਹਰਕਤਾਂ ਅਸ਼ਲੀਲ ਕਹੀਆਂ ਗਈਆਂ, ਇਹ ਅਸ਼ਲੀਲਤਾ ਆਊਗੀ, ਇਹ ਦਲਤਾਂ 'ਚ ਵੀ ਆਊ, ਇਹ ਅਸ਼ਲੀਲਤਾ ਲੱਚਰ ਬਣਾ ਨਹੀਂ, ਇਹ ਰੋਹ 'ਚੋਂ ਅਤੇ ਨਾਬਰੀ 'ਚੋਂ ਨਿਕਲੀਆਂ ਗੱਲਾਂ, ਇਹਨੂੰ ਸ਼ੁੱਧਤਾ ਨਾ ਨਹੀਂ ਦੇਖਣਾ ਚਾਹੀਦਾ, ਤੁਸੀਂ ਕਹਿੰਦੇ ਨੇ ਸ਼ੁੱਧ ਸ਼ੁੱਧ ਨਜ਼ਰੀਆ ਨਹੀਂ ਹੋਣਾ ਚਾਹੀਦਾ। ਨਹੀਂ ਨਹੀਂ ਸਾਨੂੰ ਇੱਥੇ ਇਹਨਾਂ ਨੂੰ ਇੰਨੀ ਕੁ ਰਿਆਇਤ ਦੇਣੀ ਚਾਹੀਦੀ ਹੈ, ਮਤਲਬ ਇਹਨਾਂ ਚੀਜ਼ਾਂ ਬਾਰੇ ਨਾ ਹੁਣ ਹਰ ਚੀਜ਼ ਐਂ ਨਹੀਂ ਨਾ, ਸਭ ਕੁਛ ਬੜਾ ਬਦਲ ਰਿਹਾ ਹੈ, ਬਦਲ ਰਿਹਾ, ਜੇ ਅਸੀਂ ਮਤਲਬ ਇਹਨਾਂ ਚੀਜ਼ਾਂ ਨੂੰ ਬਸ ਐਂ ਸਾਡੇ ਇੱਕ ਬੜੇ ਫਿਕਸਡ ਜੇ ਰਿਜਿਡ ਜੇ ਪੈਮਾਨੇ ਜੇ ਬਣ ਜਾਣਗੇ ਨਾ ਅਸੀਂ ਕੱਟੇ ਜਾਵਾਂਗੇ ਸਭ ਕੁਛ ਨਾਲ, ਨਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਹੁਣ ਤਾਂ ਐਂ ਚੱਲੂ, ਹੁਣ ਤਾਂ ਅਸੀਂ ਕਹੇ ਵੀ ਹੋਣਗੇ। ਸੋ ਇਹਦੇ ਉਹ ਗੀਤ ਦੇ ਵਿੱਚ ਤੁਸੀਂ ਦੇਖੋ ਮਤਲਬ ਵੀ ਸਾਨੂੰ ਆਪਦਾ ਪਿਛੋਕੜ ਲਾਣਾ
ਇਹ ਗੱਲਾਂ ਦੇ ਅਜੇ ਅਰਥ ਨਾ ਇਹ ਖੁੱਲਣਗੀਆਂ ਗੱਲਾਂ, ਇਹਦੀ ਇੰਟਰਪ੍ਰੀਟੇਸ਼ਨ ਬਹੁਤ ਨੈਰੋ ਤੇ ਕਰੂਡ ਵੀ ਹੋਣੀ ਹੈ, ਨਰੋਲ ਰਾਜਨੀਤੀ ਤੋਂ ਪ੍ਰੇਰਿਤ। ਪਰ ਇਹਦੀ ਗੱਲ ਮੈਨੂੰ ਮੇਰੇ ਹਿਸਾਬ ਨਾਲ ਜੇ ਬਜਿੰਦਰ ਸਿੰਘ ਨੂੰ ਇਹ ਗੱਲ ਟੱਚ ਕੀਤੀ ਹੈ ਇੱਕ ਬੋਕਸਰ ਨੂੰ ਤਾਂ ਉਹਦੇ 'ਚ ਇਹ ਗੱਲ ਵੱਡੀ ਹੈ। ਸੋ ਮੈਂ ਇਹਨੂੰ ਬਰੀਫਲੀ ਇਹ ਦੇਖਦਾ ਜਦੋਂ ਆਪਦਾ ਪਿਛੋਕੜ ਕਹਿੰਦਾ ਉਹਦੇ 'ਚ ਉਹ ਕਹਿੰਦਾ ਵੀ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਕਿਤੇ ਨਾ ਕਿਤੇ ਉਹਦੀ ਗੱਲ ਕਰਦਾ। ਦੂਜੀ ਗੱਲ ਜਿਹੜਾ ਲਾਣਾ ਹੈ ਵੀ ਉਹ ਪਾਤਸ਼ਾਹੀ ਦਾਵਾ ਸਾਡਾ ਦੂਜਿਆਂ ਵਾਂਗੂ ਨੇਸ਼ਨ ਸਟੇਟ ਵਾਲਾ ਜਿਹੜਾ ਨੈਰੋ ਹੈ ਜਿਹੜਾ ਐਕਸਕਲੂਸਿਵ ਹੈ ਇਨਕਲੂਸਿਵ ਨਹੀਂ ਇਹ ਉਹ ਨਹੀਂ। ਤੇ ਕਈ ਬੰਦੇ ਨੂੰ ਇਹ ਪ੍ਰੋਟੈਕਟ ਕਰੀ ਜਾਂਦੇ ਵੀ ਇਹ ਤਾਂ ਫਿਰ ਪੰਜਾਬ ਅਤੇ ਹਰਿਆਣੇ ਨੂੰ ਫਿਰ ਇਕੱਠਾ ਕਰਨਾ ਚਾਹੁੰਦਾ ਜਾਂ ਉਹਨਾਂ 'ਤੇ ਗੱਲਬਾਤ ਪਾਉਣਾ ਚਾਹੁੰਦਾ, ਇਹ ਨਹੀਂ। ਉਹਦੇ 'ਚ ਯਾਦਵਿੰਦਰ ਜਿਹੜੀ ਆਪਾਂ ਕਹਿ ਲਈਏ ਨਾ ਇੱਕ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਸਿੱਖਾਂ ਨੇ ਆਪਦੀ ਸਰਦਾਰੀ ਨਾ ਕਹੀਏ ਇੱਕ ਜਿਹੜਾ ਬੈਂਡ ਗਾਰਡ ਹੈ ਜਿਹਨੂੰ ਫ੍ਰੈਂਚ ਦੇ ਵਿੱਚ ਅਵਾਂਤ ਗਾਰਡ ਦੇ ਕਹਿੰਦੇ ਉਹਨੇ ਉਹ ਰੋਲ ਨਿਭਾਇਆ ਸਰਬੱਤ ਦੇ ਭਲੇ ਦੀ ਆਪਦੀ ਗੱਲ ਲਿਜਾਣ ਵਾਸਤੇ ਉਹਨਾਂ ਨੇ ਉਹ ਇੱਕ ਬੈਂਡ ਗਾਰਡ ਦਾ ਰੋਲ ਅਦਾ ਕੀਤਾ। ਉਹ ਉਦੋਂ ਤੱਕ ਅਦਾ ਕੀਤਾ ਜਦੋਂ ਉਹ ਬਿਲਕੁਲ ਗੁਰੂ ਦੇ ਜੋ ਹੈਗੇ ਹੈ ਸਿਧਾਂਤ ਕਹਿ ਲਓ ਜਾਂ ਆਦਰਸ਼ ਕਹਿ ਲਓ ਉਹ ਉਹਨਾਂ ਨੇ ਟੋਟਲੀ ਗ੍ਰਹਿਣ ਕੀਤੇ ਹੋਏ ਸੀ। ਉਹਨਾਂ ਦੇ ਅੱਜ ਦੀ ਰਾਜਨੀਤੀ ਵਾਂਗੂ ਨਹੀਂ ਸੀ ਉਹ। ਅੱਜ ਦੀ ਰਾਜਨੀਤੀ ਨੇ ਨੇਸ਼ਨ ਦੀ ਨੇ ਨੇਸ਼ਨ ਸਟੇਟ ਦੀ ਨੇ ਸਾਡੇ ਸਟਰਗਲ ਨੂੰ ਵੀ ਸਾਡੇ ਆਦਰਸ਼ਾਂ ਨੂੰ ਅਤੇ ਸਾਡੇ ਨਿਸ਼ਾਨਿਆਂ ਨੂੰ ਵੀ ਪੋਲੀਟੀਕਲ ਵੋਲਡ ਨੂੰ ਇਫੈਕਟ ਕੀਤਾ। ਇਹ ਭਾਈ ਦਲਜੀਤ ਸਿੰਘ ਦਾ ਮੁੜ ਕੇ ਹਾਜ਼ਰੀ ਲਵਾਉਣੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਅਤੇ ਸਿੱਧੂ ਮੂਸੇ ਵਾਲੇ ਵਰਗੇ ਇਹ ਜਿਹੜੇ ਵਰਤਾਰੇ ਨੇ ਇਹਨੇ ਸਿੱਖਾਂ ਦਾ ਉਹ ਮਤਲਬ ਤੁਸੀਂ ਵੀ ਜਿਹੜਾ ਸਿੰਧ ਦਰਿਆ ਤੋਂ ਲੈ ਕੇ ਗੰਗਾ ਦੇ ਤੱਕ ਜਿਹੜਾ ਸਿੱਖਾਂ ਨੇ ਤੋਂ ਰਾਖੀ ਸਿਸਟਮ ਸੀ ਨਾ ਵੀ ਉਹ ਮਜ਼ਲੂਮਾਂ ਦੇ ਰਾਖੇ ਬਣ ਕੇ ਪੇਸ਼ ਹੋਏ। ਸੋ ਅਸੀਂ ਜਦੋਂ ਦੇਖਦੇ ਹਾਂ ਅਸੀਂ ਸਿਰਫ ਨੇਸ਼ਨ ਸਟੇਟ ਦਾ ਹੀ ਸਾਡੇ ਮਾਡਲ ਹੈ ਵੀ ਇਹਦਾ ਮਤਲਬ ਇਹ ਤਾਂ ਫਿਰ ਦੂਜਿਆਂ 'ਤੇ ਬਿਲਕੁਲ ਉਹ ਆਪਦਾ ਗੱਲਬਾਤ ਪਾਉਣ ਦੀ ਇਹ ਬਹੁਤ ਔਖਾ ਕੰਮ ਹੈ ਸਾਨੂੰ ਅੱਜ। ਐਕਸਪੈਂਸ਼ਨਿਜ਼ਮ ਇੱਕ ਟਰਮ ਹੈਗੀ ਐਕਸਪੈਂਸ਼ਨਿਜ਼ਮ ਵਿਸਥਾਰਵਾਦ ਉਹੀ ਉੱਥੋਂ ਹੀ ਆਏ ਹੋਏ ਨੇ ਦੇ ਮਹਾਰਾਜ ਰਣਜੀਤ ਸਿੰਘ ਰਾਜ ਬਾਰੇ ਲੈਫਟ ਦਾ ਇਹ ਰਹਿੰਦਾ ਕਿ ਟੀਕੀ ਵਿਸਥਾਰਵਾਦ ਸੀਗਾ ਲੈਫਟ ਨੇ ਇਹ ਬਹੁਤ ਨੁਕਸਾਨ ਕੀਤਾ। ਉਹਨਾਂ ਨੇ ਨਾ ਮਤਲਬ ਉਹ ਜੋ ਆਪਦੇ ਆਪਦਾ ਜੋ ਇੱਕ ਕੰਟੈਕਸਟ ਹੈਗਾ ਸੋਚਣ ਦਾ ਦਾਇਰਾ ਸਾਰੀ ਗੱਲ ਨੂੰ ਉਸ 'ਚ ਹੀ ਰੱਖ ਕੇ ਖਾੜਕੂ ਲਹਿਰ ਬਾਰੇ ਜਿੰਨੀ ਬਦਨਾਮੀ ਉਹਨਾਂ ਨੇ ਕੀਤੀ ਸਿਰਜੀ ਉਹਦੇ ਬਾਰੇ ਜੋ ਪਰਸੈਪਸ਼ਨ ਬਣਾਈ ਉਹ ਉਹਨਾਂ ਨੇ ਬਣਾਈ ਹੈ। ਉਹਨਾਂ ਕੋਲ ਸਮਰੱਥਾ ਹੈਗੀ ਸਾਧਨ ਅਤੇ ਇਸ ਕਰਕੇ ਉੱਥੇ ਮਤਲਬ ਸਾਰੇ ਕਿਸਾਨ ਅੰਦੋਲਨ 'ਚ ਜਿਹੜੀ ਚਲੋ ਮੈਨੀਫੈਸਟ ਹੋ ਗਈ ਦੀਪ ਸਿੱਧੂ ਵਰਸਸ ਕਿਸਾਨ ਜਥੇਬੰਦੀਆਂ ਉਹਦੇ ਪਿੱਛੇ ਗੱਲ ਵੱਡੀ ਪਈ ਅਤੇ ਹੁਣ ਵੀ ਪਈ ਹੈ। ਸੋ ਮੇਰੇ ਹਿਸਾਬ ਨਾਲ ਇਹ ਹੈ ਕਿ ਇਹ ਸਿੱਧੂ ਮੂਸੇਵਾਲੇ ਦੀ ਥਾਪੀ ਇਹ ਬੰਗਾਰ ਸੀ ਲਲਕਾਰ ਸੀ ਨਾਬਰੀ ਸੀ ਅਤੇ ਇਹ ਸਾਡੇ ਆਪਦੇ ਉਹਦੇ 'ਚੋਂ ਲਈ ਉਹਨੇ ਤੂੰ ਦੇਖ ਲਓ ਕਿੰਨੀ ਪਾਪੂਲਰਾਈਜ਼ ਹੋ ਗਈ ਕਾਲਿਆਂ ਦੇ ਕਈ ਰੈਪਰ ਇਹਨੂੰ ਅਡੋਪਟ ਕਰ ਲਈ ਇਹ ਬਹੁਤ ਵੱਡੀ ਗੱਲ ਹੈ। ਚਲੋ ਇਹ ਤਾਂ ਮੇਰੇ ਨਾ ਅਜੇ ਮੁੱਢਲੇ ਜੇ ਪ੍ਰਭਾਵ ਨੂੰ ਮੈਂ ਵੀ ਇਹਨੂੰ ਹੁਣੇ ਸੋਚਣਾ ਸ਼ੁਰੂ ਕੀਤਾ। ਬਿਲਕੁਲ ਆਪਾਂ ਡਿਟੇਲ 'ਚ ਵੀ ਗੱਲ ਕਰਾਂਗੇ ਤੁਸੀਂ ਲੰਡਨ ਗਏ ਹੋਏ ਜਦੋਂ ਆਉਂਗੇ ਫਿਰ। ਪਰ ਮੈਂ ਇੱਕ ਲਾਸਟ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਤੁਸੀਂ ਕੋਈ ਜਿਹੜੀ ਮੈਂ ਵਾਰ ਵਾਰ ਉਸ ਸਵਾਲ ਦਾ ਜਵਾਬ ਮੈਨੂੰ ਨਹੀਂ ਮਿਲ ਰਿਹਾ ਜਾਂ ਮੈਂ ਸੈਟਿਸਫਾਈਡ ਨਹੀਂ ਹੋਇਆ ਹੁਣ ਤੱਕ ਜੇ ਕੀ ਤੁਸੀਂ ਕੋਈ ਕੰਸੋਲੀਡੇਸ਼ਨ ਦੇਖ ਰਹੇ ਹੋਗੇ ਪੰਥ ਕੰਸੋਲੀਡੇਸ਼ਨ ਮੈਂ ਸਿੱਧੇ ਤੌਰ 'ਤੇ ਕਹਿ ਰਿਹਾ ਆਉਣ ਵਾਲੇ ਸਮੇਂ 'ਚ ਰਾਜਨੀਤਿਕ ਤੌਰ ਦੇ ਉੱਤੇ ਕੀ ਕੋਈ ਮੇਜਰ ਪੰਥ ਕੰਸੋਲੀਡੇਸ਼ਨ ਹੋਣ ਜਾ ਰਹੀ ਹੈ ਜਿਹੜੀ ਪੋਲੀਟਿਕਸ ਪੰਜਾਬ 'ਚ ਹੁਣ ਚੱਲ ਰਹੀ ਹੈ ਉਹਦਾ ਜਵਾਬ ਪੰਥਕ ਕੰਸੋਲੀਡੇਸ਼ਨ 'ਚੋਂ ਨਿਕਲ ਸਕਦਾ ਜਾਂ ਪੰਥਕ ਰਾਜਨੀਤੀ ਹੈ ਜਿਹੜੀ ਉਹ ਨਵੇਂ ਤਰੀਕੇ ਨਾਲ ਸ਼ੇਪ ਲਏਗੀ ਜਾਂ ਜਿਹੜੇ ਇਸ਼ੂ ਨੇ ਜਿਹੜੇ ਸਾਡੇ ਇਤਿਹਾਸ 'ਚ ਪਏ ਨੇ ਜਿਹੜਾ ਪੂਰੇ ਦੋ ਦਹਾਕੇ ਨੇ ਉਹ ਆ ਕੇ ਜਦੋਂ ਸਾਡੇ ਨਾਲ ਗੱਲਾਂ ਕਰ ਰਹੇ ਨੇ ਸਾਡੇ ਸਾਹਮਣੇ ਖੜ੍ਹ ਰਹੇ ਨੇ ਸਾਡੀ ਨਵੀਂ ਪੀੜ੍ਹੀ ਨਾਲ ਗੱਲਾਂ ਕਰ ਰਹੇ ਨੇ ਮੂਸੇ ਵਾਲੇ ਦੇ ਗਾਣੇ ਦੇ ਜ਼ਰੀਏ ਤਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਰਾਜਨੀਤਿਕ ਨਿਰੋਲ ਰਾਜਨੀਤਿਕ ਟਿੱਪਣੀ ਕੀ ਹੈ ਤੁਹਾਡੀ?
देखो निरोल राजनीतिक टिप्पणी तो यादविंदर ये है कि अल्टीमेटली तो यह गल होनी है जी तुम कह रहे हो बड़ी रद्दोबादल पंथक राजनीति च भी होनी है तो पंजाब की राजनीति च भी होनी है वो इंपैक्ट कला इतों तक सीमित नहीं रहना अल्टीमेटली होनी है ये मैं अल्टीमेटली कहना पर यह राह इन्ना सौखा है ये चलो खत ये ना ये मतलब रुकावट बहुत अंदर ही बड़ा कुछ अजे स्ट्रगल हो जे रुझान स्थापित हो चुके हो चुके हैं तो जो कि समय के प्रभाव करके ता मैं कहना भाई दलजीत सिंह का मुड़ के हाजिर होना एक बड़ी लड़ाई होर एक होर तरह की लड़नी पैनी है थोड़ू आपकी जी है एक शुद्धता से असलीयत वो सामने लियानी तो उन्होंने स्थापित करना वो विरोध यादविंदर अंदरों भी बहुत होना पंथ के बीच ही होना जो पैटर्न हूँ चल रहा है राजनीति का वह सिद्धू मूसेवाले के गाने वरत तो सकते हैं पर मेरा ख्याल है कि यह गल एदू बड़ी है क्योंकि वो अपनी ओरिजिनैलिटी थी उन्हें कितों ए स्कूलिंग नहीं सी ली वो तो जो सिक्खी की एक परंपरा हो शायद वो रॉ सी इसीलिए उसका नुकसान भी इस करके हुआ मैं लगता बहुत रॉ सी खूबसूरती भी नुकसान कुछ कह लो खूबसूरती भी यही है उसकी हुण उहदा मोह आ रहा है हुण प्यार आ रहा है बहुत ज्यादा भी यार वो तो बहुत कोई खास चीज सी संभाल के रखने वाली पर मैं एक गल जी जिमें तुम भी किया दलजीत बिट्टू वाली गल भी कह रहे हो उन्होंने दूजा पार्ट आना असं शायद संडे को छड़ा वो मैं उन्होंने पूछा भी है कि तुम हूँ सरगर्म होवोगे तुम साइलेंट क्यों हो तुम इन्हें लो प्रोफाइल क्यों होने वो तुम जवाब सुने इंटरव्यू मैं दूजे पास एक गल होंगी जो इंटरव्यू किया मैं बहुत सारिया कॉल आई हैं सैकूलर घेरिया चो लैफ्ट दया चो राइट दया चो बहुत सारा मैं रिस्पोंस आया परसनल फोन कॉल्स आई हैं एक व्यू ये भी हैगा कुछ विद्वाना का कि जी इस तरह दिया चीज़ा ने है ना ये लिजिटिमाइजेशन हो रही है हुण इन्हां गल्लां दी है ना जिहड़ा पहलां लिजिटिमेट नहीं हुई क्योंकि फॉर्मल मीडिया च आना गल होनी सारी है ना तो कुछ लोग कह रहे जिस तरीके ना बीजेपी पंजाब च आ रही हैगी राइट की पॉलिटिक्स भी ये पैरल उवें ही उसरेगी क्योंकि ये नैरेटिव दे उन्हां नूं बहुत सौखा गा सारना कि देखो जी आह सारा कुछ सीगा उहदे च जिवें कहा जांदा वी हिंदू पोलराइजेशन की गल कर ली आपां हिंदू कंसोलीडेशन ते हिंदू पोलराइजेशन की गल आ जिहड़ी तो अगली राजनीति ऐ भी हो सकती है तुसी किस समझते हो देखो वह अपेरेंटली कई बार यह लगता हों भी एक दूजे को फीड कर रही है हाँ यही यही कहा उन्होंने हाँ ये वापर जाता पर कोई ऐ नहीं हों भी ये किसी का दोष है भी रल के चल रहे रल के तो नहीं पर ज्यों ज्यों यदा भार होएगा त्यों त्यों जो हार्ड कोर राइट विंग वह भी पंजाब चो भी स्टैबलिश होएगा देखो विरोध होना है ते बड़ा फरोशियस होना है बड़ा वायलेंट होना है ते लेफ्ट दे कुछ हिस्से ते स्टेट ये अज लोगों ओपरी लग सकती है ईवन बीजेपी की स्टेट जी है अजोकी उन्हां च शायद कितने फिर सांझा जा जुड़नगियां जे वह ना बदले जे वह ना बदले इतने बड़ा कुछ टुटना है बड़ा कुछ बदलना इन्ना सौखा नहीं ये इस करके मैं कहना भी अंदरों भी बड़ा विरोध खास हालातां में तुसीं कहने लैफ्ट ते बीजेपी कट्ठे हो सकते हैं हाँ के मतलब जे ना इलेक्टोरल पॉलिटिक्स ते जनसंघ ते लैफ्ट दी सरकार रही है पंजाब च वैसे वो तो डिफरेंट सी वो तो पोलिटिकल अपॉर्चुनिज्म सी पर तुहानूं लगदा हुण इस तरह का एक स्टैटिक अलायंस भी हो सकता है जो एक थां ते इकट्ठे हो सकते हैं पंथक पॉलिटिक्स दे विरोध कर रहे हो ही कहना भी जे वो ना बदले मेरी विश ये है भी वो बदल जान क्योंकि हमले दी मार हेठ ने वो उत्थे ये पंजाब वाले जेडे कामरेड है ना ये अनफॉर्चुनेटली ये है कि यह इस स्टेट में उस रूप से चैलेंज तक कर ही नहीं रहे
ਇਹ ਤਾਂ ਮਤਲਬ ਇੱਕ ਸ਼ੁਗਲ ਹੈ ਵੀ ਤੁਸੀਂ ਇਨਕਲਾਬ ਦੇ ਨਾਅਰੇ ਵੀ ਮਾਰ ਲਓ ਪਰ ਮੂਮੈਂਟ ਦੀ ਆਲੋਚਨਾ ਵੀ ਬੜੀ ਤਿੱਖੀ ਕਰਦੇ ਆ, ਉਹ ਕਹਿੰਦੇ ਆ ਕਿ ਭਾਈ ਜਸਟੀਫਿਕੇਸ਼ਨ ਕੀ ਆ, ਬਲਵਿੰਦਰ ਜਟਾਣਾ ਨੂੰ ਤਾਂ ਸੈਲੀਬ੍ਰੇਟ ਕਰ ਲਓਗੇ ਜਿਹੜੇ ਉੱਥੇ ਮਜ਼ਦੂਰ ਮਾਰਤੇ, ਉਹਨਾਂ ਦੀ ਜਸਟੀਫਿਕੇਸ਼ਨ ਕੀ ਆ, ਜਿਹੜੇ ਇਸ ਤਰ੍ਹਾਂ ਦੇ ਕਤਲੋਗਾਰਤਾ ਮੂਮੈਂਟ ਦੇ ਅੰਦਰ ਜਿਹਦੀ ਕੋਈ ਜਸਟੀਫਿਕੇਸ਼ਨ ਹੀ ਨਹੀਂ, ਉਹਦਾ ਜਵਾਬ ਕੀ ਹੈਗਾ? ਨਹੀਂ, ਸਭ ਕੁਛ ਦੇ ਜਵਾਬ ਹੈਗੇ ਤੇ ਜਵਾਬ ਆਉਣਗੇ, ਹੁਣ ਸ਼ੁਰੂ ਹੋ ਚੁੱਕਿਆ। ਭਾਈ ਦਲਜੀਤ ਸਿੰਘ ਨੇ ਸ਼ੁਰੂਆਤ ਕਰਤੀ, ਉਹ ਵੀ ਜਵਾਬ ਦੇਣਗੇ ਤੇ ਉਹਨਾਂ ਤੋਂ ਬਲ ਲੈ ਕੇ ਸੇਧ ਲੈ ਕੇ ਹੋਰ ਬੰਦੇ ਵੀ ਜਵਾਬ ਦੇਣਗੇ। ਤਾਂ ਮੈਂ ਕਹਿਣਾ ਵੀ ਹੁਣ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪਹਿਲਾਂ ਉਹ ਅਨਚੈਲੇਂਜਡ ਗਿਆ ਸਾਰਾ ਪ੍ਰਾਪੇਗੰਡਾ, ਉਹ ਇੱਕ ਪਾਸੜ ਚੱਲਿਆ ਤੇ ਸਟੇਟ ਵੀ ਆਊ ਆਪਦੇ ਰੰਗਾਂ 'ਚ, ਇਹ ਸਾਨੂੰ ਪਤਾ। ਇਹ ਵੀ ਸੀਸ ਤਲੀ ਤੇ ਰੱਖ ਕੇ ਲੜਾਈ ਲੜਨੀ ਪੈਣੀ ਹੈ ਇੱਕ ਵੱਖਰੀ ਤਰ੍ਹਾਂ ਦੇ ਹਾਲਾਤ ਦੇ ਵਿੱਚ। ਤੁਹਾਡੇ ਵਾਸਤੇ ਵੀ ਸੰਕਟ ਆਉਣਗੇ ਬਹੁਤ। ਇਹ ਜਿਹੜੀ ਹੈ ਨਾ ਫਰੀਡਮ ਆਫ ਪ੍ਰੈਸ, ਫਰੀਡਮ ਸਭ ਕੁਛ ਦੇ ਜਿਹੜੇ ਨਾ ਭਾਜ ਉੱਗੜਨਗੇ। ਸੋ ਠੀਕ ਹੈ, ਤੁਹਾਨੂੰ ਤਾਂ ਇੱਕ ਸੰਭਲ ਕੇ ਚੱਲਣਾ ਪੈਣਾ। ਧੰਨਵਾਦ ਤੁਹਾਡਾ ਸਰਦਾਰ ਅਜਮੇਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਲਈ। ਤੁਸੀਂ ਲੰਡਨ 'ਚ ਬੈਠੇ ਹੋ ਪਰ ਮੈਂ ਤੁਹਾਨੂੰ ਬੇਨਤੀ ਕੀਤੀ, ਜੁੜੇ ਤੁਸੀਂ ਸਾਡੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਤੁਹਾਡਾ ਵੀ ਧੰਨਵਾਦ। ਤਾਂ ਇਹ ਸਨ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਨੇ ਬੜੀ ਇੰਟਰਸਟਿੰਗ ਗੱਲ ਕਹੀ ਹੈ। ਕਿਹੜੇ ਬਿੰਬ ਹੁੰਦੇ ਨੇ ਕਿਸੇ ਵੀ ਮਸਲੇ ਦੇ, ਉਹ ਬੜੇ ਇੰਪੋਰਟੈਂਟ ਹੁੰਦੇ ਨੇ। ਸਿੱਧੂ ਮੂਸੇਵਾਲੇ ਦੀ ਥਾਪੀ ਅਤੇ ਸਿੱਧੂ ਮੂਸੇਵਾਲੇ ਦਾ ਉਂਗਲ ਖੜਾ ਕਰਨਾ, ਉਹ ਕਹਿੰਦਾ ਉਹ ਕਹਿੰਦੇ ਨੇ ਸਾਡੀ ਵਿਰਾਸਤ 'ਚੋਂ ਆਉਂਦਾ, ਨਾ ਕਿ ਕਿਸੇ ਫੁਕਰਾ ਪੰਥੀ 'ਚੋਂ ਆਉਂਦਾ। ਔਰ ਉਹ ਕਹਿ ਰਹੇ ਨੇ ਕਿ ਇਹ ਚੀਜ਼ਾਂ ਪੰਜਾਬ ਨੂੰ ਬਹੁਤ ਸਾਰੇ ਸੰਕੇਤ ਦੇ ਰਹੀਆਂ ਨੇ ਇੱਕ ਨਵੀਂ ਪੋਲੀਟੀਕਲ ਕੰਸੋਲੀਡੇਸ਼ਨ ਦੇ।